Luca. ਵਪਾਰੀ ਦੇ ਘਰੋਂ ਮਿਲੇ 170 ਕਰੋੜ ਬਲੈਕ ਮਨੀ ਦੇ ਪ੍ਰੂਫ, 8 ਕਿਲੋ ਗਹਿਣੇ ਅਤੇ 14 ਕਰੋੜ ਕੈਸ਼ ਬਰਾਮਦ ਹੋਇਆ ਹੈ। ਵੀਡੀਓ ਦੇ ਵਿੱਚ ਬੋਰਿਆਂ 'ਚ ਭਰਿਆ ਇਹ ਸਾਰਾ ਕੈਸ਼। 100 ਤੋਂ ਵੱਧ ਅਧਿਕਾਰੀਆਂ ਨੇ 72 ਘੰਟੇ ਲਾ ਕੇ ਵਪਾਰੀ ਦੇ ਘਰੋਂ ਲੱਭਿਆ ਹੈ। ਦਰਅਸਲ ਵਪਾਰੀ ਨੇ ਐਸੀਆਂ ਥਾਵਾਂ 'ਤੇ ਇਹ ਸਾਰਾ ਕੈਸ਼ ਅਤੇ 8 ਕਿਲੋ ਸੋਨੇ ਦੇ ਗਹਿਣੇ ਲੁਕਾਏ ਹੋਏ ਸੀ ਕਿ ਅਧਿਕਾਰੀਆਂ ਨੂੰ ਵੀ ਲੱਭਣ 'ਚ 72 ਘੰਟੇ ਲੱਗ ਪਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਦੀਆਂ, ਜਿੱਥੇ ਇਨਕਮ ਟੈਕਸ ਦੀ ਰੇਡ ਹੋਈ ਹੈ। 72 ਘੰਟੇ ਛਾਪੇਮਾਰੀ ਚੱਲੀ, ਜਿਸ ਦੌਰਾਨ 170 ਕਰੋੜ ਦਾ ਬੇਹਿਸਾਬਾ ਬਲੈਕ ਮਨੀ ਪ੍ਰਾਪਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ 14 ਕਰੋੜ ਕੈਸ਼ ਮਿਲਿਆ ਹੈ, 8 ਕਿਲੋ ਦਾ ਸੋਨਾ ਅਤੇ 170 ਕਰੋੜ ਬੇਹਿਸਾਬ ਬਲੈਕ ਮਨੀ। ਤੁਹਾਨੂੰ ਦੱਸ ਦਈਏ ਕਿ 170 ਕਰੋੜ ਦੀ ਜਿਨ੍ਹਾਂ ਦੇ ਕੋਲ ਇਸ ਵਪਾਰੀ ਹੈ, ਇਸਦੇ ਕੋਲ ਇਸਦਾ ਹਿਸਾਬ ਨਹੀਂ ਸੀ, ਜਿਸ ਤੋਂ ਬਾਅਦ ਇਹ ਸਾਰੀ ਜਿਹੜੀ ਸੰਪੱਤੀ ਹੈ ਜ਼ਬਤ ਕਰ ਲਈ ਗਈ ਹੈ। 8 ਕਿਲੋ ਸੋਨਾ ਵੀ ਜਿਹੜੀ ਇਨਕਮ ਟੈਕਸ ਵਿਭਾਗ ਹੈ ਉਹਨਾਂ ਨੇ ਜ਼ਬਤ ਕਰ ਲਿਆ ਹੈ। 14 ਕਰੋੜ ਕੈਸ਼ ਦੇਖੋ ਕਿਵੇਂ ਢੇਰੀ ਲੱਗੀ ਹੋਈ ਹੈ ਨੋਟਾਂ ਦੀ। ਤਾਂ ਨਾਂਦੇੜ ਸਾਹਿਬ ਦੇ ਭੰਡਾਰੀ ਫੈਮਿਲੀ, ਵਿਨੈ ਭੰਡਾਰੀ, ਆਸ਼ੀਸ਼ ਭੰਡਾਰੀ, ਸੰਤੋਸ਼ ਭੰਡਾਰੀ, ਮਹਾਵੀਰ ਭੰਡਾਰੀ ਔਰ ਪਦਮ ਭੰਡਾਰੀ, ਇਹਨਾਂ ਦੇ ਫਾਈਨੈਂਸ ਬਿਜ਼ਨਸ ਦੇ ਵਿੱਚ ਹੈ ਸਾਰੇ, ਅਤੇ ਇਹਨਾਂ ਦੇ ਘਰਾਂ ਦੇ ਵਿੱਚ 72 ਘੰਟੇ ਰੇਡ ਚੱਲੀ ਹੈ, ਜਿਸ ਦੌਰਾਨ ਇੰਨਾ ਕੈਸ਼ ਅਤੇ 170 ਕਰੋੜ ਦੀ ਬੇਹਿਸਾਬ ਜਾਇਦਾਦ ਮਿਲੀ ਹੈ, ਜਿਨ੍ਹਾਂ ਦਾ 170 ਕਰੋੜ ਰੁਪਏ ਦਾ ਇਹਨਾਂ ਵਪਾਰੀਆਂ ਦੇ ਕੋਲ ਕੋਈ ਹਿਸਾਬ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਨੇ ਪੁਣੇ, ਨਾਸਿਕ, ਨਾਗਪੁਰ, ਪਰਭਣੀ, ਛਤਰਪਤੀ, ਸੰਭਾਜੀ ਨਗਰ, ਨਾਂਦੇੜ ਦੇ ਸੈਂਕੜੇ ਅਧਿਕਾਰੀਆਂ ਦੇ ਘਰੋਂ ਹੋਰ 25 ਤੋਂ ਜ਼ਿਆਦਾ ਰੇਡ ਕੀਤੀ ਹੈ। ਉਹਦਾ ਹਾਲੇ ਜਿਹੜੀ ਜਾਣਕਾਰੀ ਉਹ ਸਾਹਮਣੇ ਆਉਣੀ ਹੈ, ਪਰ ਇੱਕ ਵਪਾਰੀ ਜੋ ਭੰਡਾਰੀ ਫੈਮਿਲੀ ਹੈ, ਕਾਫੀ ਮਸ਼ਹੂਰ ਫੈਮਿਲੀ ਹੈ, ਇਹਨਾਂ ਦੇ ਘਰੋਂ 170 ਕਰੋੜ ਦੀ ਬਲੈਕ ਮਨੀ ਦਾ ਜਿਹੜਾ ਕਿ ਇਹਨਾਂ ਕੋਲ ਹਿਸਾਬ ਨਹੀਂ ਹੈ, ਅਤੇ 14 ਕਰੋੜ ਦੀ ਕੈਸ਼ ਮਿਲਿਆ ਹੈ ਅਤੇ 8 ਕਿਲੋ ਸੋਨਾ ਮਿਲਿਆ ਹੈ।